ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕਾਰ ਸੰਘੇੜਾ ਲੈ ਕੇ ਹਾਜ਼ਰ ਹਾਂ ਹਾ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ ਸ਼ੋਅ ਸੋ ਤੇਗਲਪਤ ਕੈਨੇਡਾ ਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਸ਼ੋਅ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਖਾਸ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ ਕਿ ਜੇਕਰ ਤੁਸੀਂ ਕੋਈ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਵਿਚਾਰ ਸਾਡੇ ਆਕੇ ਰੱਖ ਸਕਦੇ ਹੋ ਤੇ ਹੁਣ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦ ਨਾਰਥ ਪੰਜਾਬੀ ਨਿਊਜ਼ ਸ਼ੋਅ ਦੇ ਵਿੱਚ ਅਸੀਂ ਕਈ ਵੱਡੀਆਂ ਖਬਰਾਂ ਦੀ ਸਾਂਝ ਪਾਵਾਂਗੇ ਜਿਥੇ ਗੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਬਾਰੇ ਹੋਏਗੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਇਸ ਤੋਂ ਇਲਾਵਾ ਐਨ ਡੀ ਪੀ ਲੀਡਰ ਜਗਮੀਤ ਸਿੰਘ ਦੀ ਜਾਨ ਨੂੰ ਖਤਰਾ ਹੋਣ ਦੇ ਬਾਰੇ ਵੀ ਇੱਕ ਵੱਡੀ ਅਪਡੇਟ ਜਿਹੜੀ ਹੈ ਉਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਕੁਝ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਇਸ ਤੋਂ ਇਲਾਵਾ ਹੋਰ ਵੀ ਕਈ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਸਾਂਝਾ ਪਾਵਾਂਗੇ। ਕੱਲ ਕਰਦੇ ਹਾਂ ਐਨਡੀਪੀ ਲੀਡਰ ਜਗਮੀ ਸਿੰਘ ਦੀ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ ਤੇ ਇਸ ਨੂੰ ਲੈ ਕੇ ਵੱਡਾ ਮਾਮਲਾ ਜੁੜਾਇਆ ਵੱਡੀ ਅਪਡੇਟ ਸਾਹਮਣੇ ਆਈ ਹੈ। ਕੈਨੇਡਾ ਵਿੱਚ ਸਿੱਖ ਆਗੂ ਦਾ ਕਤਲ ਹੋਣ ਤੋਂ ਬਾਅਦ ਇਕ ਜਾਣਕਾਰੀ ਸਾਹਮਣੇ ਆਈ ਸੀ ਕਿ ਐਂਟੀਪੀ ਲੀਡਰ ਜਗਮੀਤ ਸਿੰਘ ਦੀ ਜਾਨ ਨੂੰ ਖਤਰਾ ਹੈ ਤੇ ਇਸ ਦੀ ਜਾਣਕਾਰੀ ਵੀ ਉਹਨਾਂ ਨੂੰ ਸਾਂਝੀ ਕੀਤੀ ਗਈ। ਹੁਣੇ ਮਾਮਲਾ ਉਠਿਆ ਹੈ ਪਰ ਐਨਟੀਪੀ ਲੀਟ اور ਜਗਬੀਤ ਸਿੰਘ ਵੱਲੋਂ ਅਜੇ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਉਹਨਾਂ ਨੇ ਇਸ ਬਾਬਤ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਇਸ ਤੋਂ ਇਲਾਵਾ ਉਹਨਾਂ ਦੇ ਦਫ਼ਤਰ ਵੱਲੋਂ ਵੀ ਇਸ ਬਾਰੇ ਕੋਈ ਵੀ ਗੱਲ ਕਰਨ ਤੋਂ ਜਾਂ ਫਿਰ ਟਿੱਪਣੀ ਕਰਨ ਤੋਂ ਮਨਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਹ ਮਾਮਲਾ ਹੈ ਜਿਸ ਦੇ ਉੱਪਰ ਉਹਨਾਂ ਵੱਲੋਂ ਕੋਈ ਵੀ ਆਪਣਾ ਪੱਖ ਨਹੀਂ ਰੱਖਿਆ ਗਿਆ ਜਿਹੜੇ ਵਕੀਲੇ ਉਹਨਾਂ ਵੱਲੋਂ ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਸ ਵੇਲੇ ਕੈਨੇਡਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਕੁੱਝ ਲੋਕਾਂ ਦੀ ਜਾਨ ਨੂੰ ਖਤਰਾ ਹੈ ਇਸ ਬਾਰੇ ਉਹਨਾਂ ਨੂੰ ਸੂਚਨਾ ਦਿੱਤੀ ਗਈ ਸੀ ਐਂਡੀਬੀ ਲੀਡਰ ਜਗਮੀਤ ਸਿੰਘ ਜੁੜੇ ਨੇ ਉਹ ਕੈਨੇਡਾ ਦੀ ਨੈਸ਼ਨਲ ਪਾਰਟੀ ਦੇ ਜਿਹੜੀ ਲੀਡਰ ਹਾਂ ਤੇ ਇਸ ਲਈ ਕੈਨੇਡਾ ਦੀ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਦੀ ਸਪੋਰਟ ਦੇ ਨਾਲ ਸਮਰਥਨ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀ ਹੈ ਉਹ ਸਰਕਾਰ ਬਣੀ ਹੈ ਤੇ ਇਹ ਅਹਿਮ ਖਬਰ ਇਸ ਕਰਕੇ ਵੀ ਹੋ ਜਾਂਦੀ ਹੈ ਜੋ ਉਹਨਾਂ ਨੂੰ ਲੈ ਕੇ ਹੁਣ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੱਲ ਕਰਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਦੀ ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵਟਾ ਬਿਆਨ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿ ਦਿੱਤਾ ਹੈ ਕਿ ਕੈਨੇਡਾ ਵਿੱਚ ਕਿੰਨੇ ਜਿਹੜੇ ਟੈਂਪਰੇਰੀ ਰੈਜ਼ਿਡੈਂਸੀ ਨੇ ਆਉਣਗੇ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀ ਆਉਣਗੇ ਹੁਣ ਉਹਨਾਂ ਦੀ ਗਿਣਤੀ ਨੂੰ ਘੱਟ ਕੀਤਾ ਜਾਵੇਗਾ ਗਿਣਤੀ ਸੀਮਤ ਕਰਨ ਦੇ ਬਾਰੇ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ ਪਿਛਲੇ ਦਿਨੀ ਇੱਕ ਅਪਡੇਟ ਸਾਹਮਣੇ ਆਈ ਸੀ ਜਿਸ ਦਾ ਸੀ ਸ਼ੂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਕੈਨੇਡਾ ਦੇ ਵਿੱਚ ਆਬਾਦੀ ਕਾਫੀ ਜ਼ਿਆਦਾ ਵਧ ਗਈ ਹੈ ਜਿਸ ਤੋਂ ਬਾਅਦ ਵੱਡਾ ਯੋਗਦਾਨ ਜਿਹੜਾ ਇਹ ਉਹ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਦਾ ਮੰਨਿਆ ਜਾ ਰਿਹਾ ਜਨਵਰੋਂ ਆਬਾਦੀ ਦੇ ਵਿੱਚ ਹਿੱਸਾ ਪਾਇਆ ਗਿਆ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪ੍ਰਧਾਨ ਮੰਤਰੀ ਟ੍ਰੂਡੋ ਦਾ ਜਿਹੜਾ ਇਹ ਉਹ ਵੱਡਾ ਬਿਆਨ ਦੇਖਣ ਨੂੰ ਮਿਲਿਆ ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਗੱਲਾਂ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਹੁਣ ਕੈਨੇਡਾ ਵਿੱਚ ਜਿਹੜੀ ਟੈਂਪਰਰੀ ਇਮੀਗ੍ਰੇਸ਼ਨ ਹੈ ਉਸਤੇ ਉੱਪਰ ਕਾਬੂ ਕਰਨ ਦੀ ਜ਼ਰੂਰਤ ਹੈ ਕਿੰਨੇ ਜਿਹੜੇ ਟੈਂਪਰਰੀ ਫੋਰਨ ਵਰਕਰਸ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆਉਣਗੇ ਇਸ ਨੂੰ ਲੈ ਕੇ ਫੈਸਲਾ ਲਿਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਇੱਕ ਇਹ ਵੀ ਅਹਿਮ ਜਾਣਕਾਰੀ ਹੈ ਕਿ ਜਦੋਂ 2017 ਦੇ ਬਾਰੇ ਆਬਾਦੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਉਸ ਵਿੱਚ ਜਿਹੜਾ 2% ਦੀ ਹਿੱਸਤਾ ਉਹ ਟੈਂਪਰਰੀ ਇਮੀਗ੍ਰੈਂਟਸ ਦਾ ਮੰਨਿਆ ਗਿਆ ਪਰ ਤਾਜ਼ਾ ਆંકੜੇ ਜੋ ਸਾਹਮਣੇ ਆਏ ਨੇ ਉਹਨਾਂ ਮੁਤਾਬਕ ਜਿਹੜੇ ਟੈਂਪਰਰੀ ਰੈਜ਼ਿਡੈਂਸ ਨੇ ਉਹਨਾਂ ਦੀ ਆਬਾਦੀ ਦਾ ਹਿੱਸਾ ਜਿਹੜਾ ਹੈ ਉਹ 7.5% ਜਿਹੜਾ ਉਹ ਬਣ ਗਿਆ ਇਸ ਤੋਂ ਇਲਾਵਾ ਜਦੋਂ ਪ੍ਰਧਾਨ ਮੰਤਰੀ ਜਸਟਨ ਟੂਡੋ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਸਤੇ ਤੇ ਕਈ ਆਧਾਰਿਆਂ ਵਾਸਤੇ ਬਹੁਤ ਸਾਰੇ ਚੈਲੰਜਸ ਜਿਹੜੇ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਜਿਹੜਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੈਂਟਲ ਹੈਲਥ ਚੈਲੰਜ ਦਾ ਵੀ ਜਿਹੜਾ ਹੈ ਉਹ ਜ਼ਿਕਰ ਕੀਤਾ ਗਿਆ ਹੈ ਇਕ ਹੋਰ ਅਹਿਮ ਜਾਣਕਾਰੀ ਹੈ ਕਿ ਜਿਹੜੇ ਪਰਮਨੈਂਟ ਰੈਜ਼ੀਡੈਂਸ ਨਿਊ ਨਵਾਸਤੀ ਕੈਨੇਡਾ ਵੱਲੋਂ ਟਾਰਗੇਟ ਜਿਹੜਾ ਹੈ ਉਸ ਵਿੱਚ ਵਾਅਦਾ ਕੀਤਾ ਗਿਆ ਸਾਲ 2025 ਤੋਂ ਲੈ ਕੇ ਸਾਲ 2026 ਤੱਕ ਜੜਾਇਓ 5 ਲੱਖ ਦਾ ਟਾਰਗੇਟ ਕੈਨੇਡਾ ਵੱਲੋਂ ਤੈਅ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀ ਮੰਤਰੀ ਮਿਲਰ ਨੇ ਉਹਨਾਂ ਵੱਲੋਂ ਇੱਕ ਕੈਪੈਸਿਟੀ ਜਿਹੜੀ ਹੈ ਉਹ ਜਨਵਰੀ ਦੇ ਵਿੱਚ ਐਲਾਨੀ ਗਈ ਸੀ ਜਿੱਥੇ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ ਹੈ ਉਹ ਸਾਲ 2023 ਤੇ ਉਹਨਾਂ ਵੱਲੋਂ 23 ਤੋਂ ਜਿਹੜਾ ਉਹ ਘੱਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤੇ ਜਾਣਗੇ ਜਿਸ ਦਾ ਅੰਕੜਾ ਉਹਨਾਂ ਵੱਲੋਂ 3,60,000 ਦਾ ਜਿਹੜਾ ਹੈ ਉਸਾਂ ਚਾਕੀ ਤੱਕ ਜਾ ਸੀ ਤੇ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਜਿਹੜੇ ਟੈਂਪਰਰੀ ਵਰਕਰਸ ਨੇ ਉਹਨਾਂ ਦੇ ਬਾਰੇ ਇੱਕ ਜਿਹੜੀ ਹੈ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਵੀਜ਼ਾ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਪਰਮਨੈਂਟ ਰੈਜ਼ੀਡੈਂਸ ਜਾਂ ਇਹ ਵੀਜ਼ਾ ਦੇ ਇਹਨਾਂ ਵਿੱਚ ਕਿੰਨਾ ਜੜਾ ਹੈ ਉਹ ਵਾਅਦਾ ਹੋਇਆ ਇਸ ਦਾ ਵੇਰਵਾ ਵੀ ਜਾਰੀ ਚੱਲ ਰਿਹਾ ਹੈ ਉਹ ਵੈੱਬਸਾਈਟ ਦੇ ਉੱਪਰ ਕੀਤਾ ਗਿਆ ਦੱਸਦੀ ਹੈ ਕਿ 30 ਅਪ੍ਰੈਲ ਤੋਂ ਜਿਹੜੇ ਨੇ ਇਹ ਨਵੇਂ ਜੋ ਵਾਅਦਾ ਵੀਜ਼ਾ ਦੇ ਵਿੱਚ ਕੀਤਾ ਗਿਆ ਹੈ ਉਹ ਲਾਗੂ ਹੋਣ ਜਾ ਰਿਹਾ ਹੈ ਜਿਸ ਬਾਰੇ ਪੂਰੀ ਡਿਟੇਲ ਜਿਹੜੀ ਹੈ ਉਹ ਵੈੱਬਸਾਈਟ ਦੇ ਉੱਪਰ ਵੀ ਮਿਲ ਜਾਵੇਗੀ ਆਈਆਰਸੀਸੀ ਵੱਲੋਂ ਜਿਹੜੇ ਬਦਲਾਅ ਕੀਤੇ ਗਏ ਨੇ ਪੀਆਰ ਫੀਸਾਂ ਦੇ ਵਿੱਚ ਉੱਥੇ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਰਾਈਟ ਆਫ ਪਰਮਨੈਂਟ ਰੈਜ਼ੀਡੈਂਸ ਫੀਸ ਹੈ ਉਸ ਨੂੰ ਹੁਣ ਵਧਾ ਕੇ 575 ਕਰ ਦਿੱਤਾ ਗਿਆ ਇਸ ਤੋਂ ਇਲਾਵਾ ਫੈਡਰਲ ਸਕਿਲਡ ਵਰਕਰਸ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਕਿਬੈਕ ਸਕਿਲਡ ਵਰਕਰ ਐਟਲੈਂਟਿਕ ਇਮੀਗ੍ਰੇਸ਼ਨ ਕਲਾਸ ਅਤੇ ਮੋਸਟ ਇਕਨੋਮਿਕ ਪਾਇਲਟ ਜਿਹੜੇ ਪ੍ਰੋਗਰਾਮ ਨੇ ਉਸ ਸਵਾਸਤੀ ਫੀਸਾਂ ਵਧਾ ਕੇ 950 ਡਾਲਰ ਕਰ ਦਿੱਤੀਆਂ ਗਈਆਂ ਨੇ ਫੈਡਰਲ ਸਕਿਲਡ ਵਰਕਰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਕਿਬਿਕ ਸਕਿਲਡ ਵਰਕਰ ਇਹਨਾਂ ਦੀ ਕੈਟਾਗਰੀ ਦੇ ਵਿੱਚ ਜਿਹੜੇ ਅਕੰਪਨੀਇੰਗ ਡਿਪੈਂਡੈਂਟ ਚਾਈਲਡ ਨੇ ਉਹਨਾਂ ਦੀ ਫੀਸਾਂ ਦੇ ਜਿਹੜੀਆਂ ਵਧਾ ਕੇ 260 ਡਾਲਰ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਲਿਵ ਇਨ ਕੇਅਰਗੀਵਰ ਪ੍ਰੋਗਰਾਮ ਕੇਅਰਗੀਵਰ ਪਾਇਲਟ ਪ੍ਰੋਗਰਾਮ ਇਸ ਦੀਆਂ ਫੀਸਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਹੁਣ ਜਿਹੜੀ ਫੀਸ ਹੈ ਉਹ 635 ਡਾਲਰ ਹੋ ਗਈ ਹੈ ਅ ਬਿਜ਼ਨਸ ਦੇ ਵਾਸਤੇ ਜੜਾਏ ਉਹ ਜੋ ਪਹਿਲਾ ਫੀਸ 1625 ਡਾਲਰ ਸੀ ਉਸ ਦੇ ਵਿੱਚ ਹੁਣ ਵਾਅਦਾ ਕਰਦੇ ਹਾਂ ਉਸ ਨੂੰ 1810 ਡਾਲਰ ਕਰ ਦਿੱਤਾ ਗਿਆ ਹੈ ਉਹ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨਸ ਪਾਉਸਸ ਪਾਰਟਨਰ ਉਸ ਦੀ ਜਿਹੜੀ ਸਪான்ਸਰਸ਼ਿਪ ਫੀਸ ਹੈ ਉਸ ਨੂੰ ਵਧਾ ਕੇ ਹੁਣ 85 ਡਾਲਰ ਇਸ ਨੂੰ ਕਰ ਦਿੱਤਾ ਗਿਆ ਪਹਿਲਾਂ ਜਿਹੜਾ ਹੈ ਇਹ 75 ਡਾਲਰ ਇਸ ਦੀ ਜਿਹੜੀ ਪਹਿਲਾਂ ਫੀਸ ਸੀ ਪ੍ਰੋਟੈਕਟਿਡ ਪਰਸਨਸ ਵਾਸਤੇ ਜਿਹੜਾ ਹੈ ਉਹਨਾਂ ਦੀ ਅਕੰਪਾਨਿੰਗਸ ਪਾਉਸਸ ਵਾਸਤੇ 635 ਡਾਲਰ ਹਿਊਮਨਿਟੇਰੀਅਨ ਅਤੇ ਜਿਹੜੀ ਪਬਲਿਕ ਪਾਲਿਸੀ ਨੇ ਉਸ ਨੂੰ ਹੁਣ ਜਿਹੜਾ ਹੈ ਉਹ 635 ਡਾਲਰ ਕਰ ਦਿੱਤਾ ਗਿਆ ਹੈ ਪਰਮਿਟ ਹੋਲਡਰ ਸਵਾਸਤੀ ਫੀਸਾਂ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਇਹ ਜਿਹੜੀ ਫੀਸ ਹੈ ਉਹ 375 ਡਾਲਰ ਦੀ ਹੋ ਗਈ ਹੈ। ਵੱਡਾ ਮਾਮਲਾ ਐਡਮਿੰਟਨ ਤੋਂ ਵੀ ਸਾਹਮਣੇ ਆਇਆ ਜਿੱਥੇ ਗੂਲੀਆਂ ਚੱਲਣ ਦੇ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਤੇ ਹੁਣ ਇਸ ਦੀ ਅਪਡੇਟ ਜਿਹੜੀ ਹੈ ਪੁਲਿਸ ਆਫੀਸਰਸ ਵੱਲੋਂ ਜਾਰੀ ਕਰਦਿਆਂ ਦੱਸਿਆ ਗਿਆ ਕਿ ਇੱਕ ਵਿਅਕਤੀ ਦੀ ਜਾਂਚ ਚੱਲੀ ਗਈ ਹੈ ਤੇ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਿਹੜੀ ਹੈ ਉਹ ਨਵ ਲੋਕੀਤੀ ਚੱਲੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਜਿਹੜਾ 94 ਸਟਰੀਟ ਤੇ 145th ਐਵੇਨਿਊ ਹੈ ਉਥੇ 1:30 ਵਜੇ ਦੇ ਕਰੀਬ ਗੋਲੀਆਂ ਚੱਲਣ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਜਿਹੜੀ ਹੈ ਉਹ ਜਾਨ ਚਲੀ ਗਈ ਜਿਸ ਤੋਂ ਬਾਅਦ ਚਸ਼ਮਦੀਦ ਜਿਹੜੇ ਨੇ ਉਹਨਾਂ ਵੱਲੋਂ ਵੀ ਕੁਝ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਗਈ ਹੈ ਇੱਕ ਟਰੱਕ ਦਾ ਜ਼ਿਕਰ ਕੀਤਾ ਗਿਆ ਜੋ ਕਿ ਬਾਅਦ ਦੇ ਵਿੱਚ ਜਲਿਆ ਹੋਇਆ ਪੁਲਿਸ ਨੂੰ ਕੁਝ ਦੂਰੀ ਤੋਂ ਮਿਲਿਆ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਿੱਟੇ ਰੰਗ ਦਾ ਇਹ ਜਿਹੜਾ ਟਰੱਕ ਸੀ ਇਸ ਨੂੰ 18 ਮਾਰਚ ਵਾਲੇ ਦਿਨ ਚੋਰੀ ਕੀਤਾ ਗਿਆ ਕਿਸ ਵੱਲੋਂ ਚੋਰੀ ਕੀਤਾ ਗਿਆ ਹੈ ਇਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਮਦਦ ਦੀ ਵੀ ਮੰਗ ਕੀਤੀ ਗਈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੁਝ ਪਤਾ ਹੈ ਤੇ ਉਹਨਾਂ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾ ਸਕਦੀ ਹੈ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਉੱਪਰ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਜਿਸ ਪੀੜਤ ਦੀ ਜਾਣ ਗਈ ਹੈ ਉਸ ਬਾਰੇ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਦੱਸੀ ਗਈ ਸਿਰਫ ਇਹੀ ਕਿਹਾ ਗਿਆ ਹੈ ਕਿ ਉਸਦੀ ਜਾਨ ਜਾ ਚੁੱਕੀ ਹੈ ਬਾਅਦ ਦੀ ਜਾਣਕਾਰੀ ਪੁਲਿਸ ਅਧਿਕਾਰੀ ਕੁਝ ਸਮੇਂ ਬਾਅਦ ਸਾਂਝੀ ਕਰਨਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਦੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰਨ ਉਹਨਾਂ ਨੂੰ ਜਾਣਕਾਰੀ ਦੇਣ ਤਾਂ ਕਿ ਇਸ ਮਾਮਲੇ ਨੂੰ ਜੜਾ ਉਹ ਸੁਲਝਾਇਆ ਜਾ ਸਕੇ ਤੇ ਇਸ ਤੋਂ ਇਲਾਵਾ ਅਜੇ ਇਹ ਵੀ ਪਤਾ ਲਗਾਉਣਾ ਬਾਕੀ ਹੈ ਕਿ ਇੱਥੇ ਕਿਸ ਵੱਲੋਂ ਕਿਹੜੇ ਕਾਰਨ ਗੋਲੀਆਂ ਚਲਾਈਆਂ ਗਈਆਂ ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ ਸਾਹਮਣੇ ਆਇਆ ਜੁਥੇ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਬਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹਨਾਂ ਦੇ ਨਾਲ ਹਾਦਸਾ ਵਾਪਰ ਗਿਆ ਤੇ 8 ਲੋਕਾਂ ਨੂੰ ਜਿਹੜੀ ਹੈ ਉਹ ਜਾਨ ਗਵਾਉਣੀ ਪੈ ਗਈ। ਇਹ ਜਿਹੜੇ 8 ਲੋਕ ਨੇ ਇਹ ਚੀਨ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਜੋ ਕਿ ਹਾਦਸੇ ਦਾ ਸ਼ਿਕਾਰ ਹੋਏ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਵਿੱਚ 7 ਔਰਤਾਂ ਤੇ ਇੱਕ ਜਿਹੜਾ ਵਿਅਕਤੀ ਸ਼ਾਮਿਲ ਸੀ। ਡਰਾਈਵਰ ਨੂੰ ਮਿਲਾ ਕੇ ਇਸ ਕਿਸ਼ਤੀ ਦੇ ਵਿੱਚ ਕੁੱਲ 10 ਜਾਣੇ ਸਵਾਰ ਦੱਸੇ ਗਏ। ਡਰਾਈਵਰ ਦੇ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਭਾਵੇਂ ਕਿ ਜਿਹੜਾ ਕਿਸ਼ਤੀ ਨੂੰ ਚਲਾਉਣ ਵਾਲਾ ਸੀ ਉਸ ਬਾਰੇ ਕੋਈ ਬਹੁਤੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਉਹ ਕਿੱਥੇ ਗਿਆ ਇਸ ਬਾਰੇ ਵੀ ਅਜੇ ਪਤਾ ਲਗਾਇਆ ਜਾਣਾ ਹੈ ਤੇ ਹੁਣ ਤੱਕ ਦੀ ਅਪਡੇਟ ਦੇ ਵਿੱਚ ਕੁਝ ਗੱਲਾਂ ਦਾ ਪੁਲਿਸ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਹੋਰ ਤੱਕ ਦੀ ਇਨਫੋਰਮੇਸ਼ਨ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 8 ਚੀਨੀ ਨਾਗਰਿਕ ਜੋ ਕਿ ਇੱਕ ਕਿਸ਼ਤੀ ਵਿੱਚ ਸਵਾਰ ਸਨ ਉਹਨਾਂ ਵੱਲੋਂ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਇਆ ਜਾਣਾ ਸੀ ਪਰ ਹਾਦਸਾ ਵਾਪਰ ਗਿਆ ਕਿਸ਼ਤੀ ਡੁੱਬ ਗਈ ਤੇ ਉਹਨਾਂ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੈਕਸੀਕੋ ਦੇ ਉਸਾਕਾ ਰਾਜ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਾਦਸੇ ਵਿੱਚ ਜਿਹੜੀ ਕਿਸ਼ਤੀ ਸ਼ਾਮਲ ਦੱਸੀ ਜਾ ਰਹੀ ਹੈ ਉਸ ਵਿੱਚ ਕੁੱਲ 10 ਜਾਣੇ ਬੈਠੇ ਹੋਏ ਸਨ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਪਰ ਕਿਸ਼ਤੀ ਚਲਾਉਣ ਬਾਰੇ ਜਿਹੜਾ ਚਲਾਉਣ ਵਾਲਾ ਵਿਅਕਤੀ ਸੀ ਉਸ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਉਹ ਜਾਈ ਇਕੱਠੀ ਕੀਤੀ ਜਾ ਰਹੀ ਹੈ ਉਸ ਬਾਰੇ ਕੋਈ ਬਹੁਤੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਜਾਰੀ ਕੀਤੀ ਜਾਏਗੀ ਦੱਸ ਦਈਏ ਕਿ ਅਮਰੀਕਾ ਮੈਕਸੀਕੋ ਬਾਰਡਰ ਦੀ ਰਾਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਕਈ ਅਲੱਗ-alag ਤਰੀਕੇ ਨੇ ਕਈ ਵਾਰ ਜਿਹੜਾ ਹਾਦਸਾ ਵੀ ਵਾਪਰ ਜਾਂਦਾ ਹੈ ਜਿਸ ਬਾਰੇ ਅਪਡੇਟਸ ਸਾਹਮਣੇ ਆਉਂਦੀਆਂ ਨੇ ਤੇ ਹੁਣ ਅਜੇ ਹਾਈ ਇੱਕ ਵਾਰ ਫਿਰ ਤੋਂ ਹੋਇਆ ਜਿੱਥੇ ਜਿਹੜੀ ਕਿਸ਼ਤੀ ਪ੍ਰਲਟਨ ਕਾਰਨ ਜਿਹੜਾ ਹੈ ਉਹ 8 ਲੋਕਾਂ ਨੂੰ ਆਪਣੀ ਜਾਨ ਕਮਾਉਣੀ ਪੈ ਗਈ ਸੋ ਇਸਨ ਕੁਝ ਵੱਡੀਆਂ ਖਬਰਾਂ ਜਿਹੜੀਆਂ ਅੱਜ ਦਾ ਦਿਨ ਕੈਨੇਡਾ ਤੇ ਅਮਰੀਕਾ ਤੋਂ ਸਾਹਮਣੇ ਆਈਆਂ ਨੇ ਬਾਕੀ ਅ ਅਪਡੇਟਸ ਵਾਸਤੇ ਤੁਸੀਂ ਬੀ9 ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਲਹਾਲ ਬੇਨਤੀ ਹੋਈ ਜਾਂਦਾ ਹੈ